अस्सलाम वालेकुम, मेरा नाम है अदनान। तो तुम देख रहे हो मेरा यूट्यूब रिएक्शन चैनल अदनान साहिब। आज की जी वीडियो है ना वो पंजाबी रिएक्शन सीरीज एक नवी शुरू की है, उसका है फैक्ट अबाउट मनी। पैसा इंसान किदा इस्तेमाल करता वा तो की इंसान पैसे ना जरा ना वो खरीदता वा तो किदा किदा पैसे इस्तेमाल करता उत्ते ही बनी हुई हैं। पहले वीडियो तरफ ही चलते हैं, उस तो बाद रिएक्शन दूंगा। कि तुसी जानते हो किहड़ा इंसान है जिसकी फोटो दुनिया के अलग अलग 35 देशों के नोटों के उपर छपी हुई है? सब तो पहला अरबपति कौन सी? इंसान द्वारा बनाई गई अज तक की सब तो महंगी चीज केड़ी है? एप्पल हर मिनट के किन्ने लख डालर कमाता है? पाब्लो एस्कोबार के किन्ने लख डालर चूहे हर साल खा जाते सन? दुनिया के हर साल किन्ने लख डालर रिश्वत के रूप में दिते जाते हैं? जुड़े हुए तथ्य जानने लिए जुड़े रहो मेरे नाम मैं हाँ हो जसप्रीत सिंह, तुम देख रहे हो चोर टीवी। ਯਾਰ ਅਗਰ ਤੁਸੀਂ ਚੱਲਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਤਾਂ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਮੈਂ ਤਾਂ ਨੌਲੇਜ ਵਾਲੀਆਂ ਵੀਡੀਓ ਹੀ ਅਪਲੋਡ ਕਰਦਾ ਰਹਿੰਦਾ ਹਾਂ। ਪੂਰੀ ਦੁਨੀਆ ਦੇ ਵਿੱਚ 75 ਟ੍ਰਿਲੀਅਨ ਅਮਰੀਕਨ ਡਾਲਰ ਜਿੰਨਾ ਪੈਸਾ ਮੌਜੂਦ ਹੈ। ਜੇਕਰ ਇਹ ਸਾਰਾ ਪੈਸਾ ਧਰਤੀ 'ਤੇ ਰਹਿ ਰਹੇ ਹਰ ਇੱਕ ਇਨਸਾਨ ਦੇ ਵਿੱਚ ਵੰਡ ਦਿੱਤਾ ਜਾਵੇ ਤਾਂ 11,000 ਅਮਰੀਕਨ ਡਾਲਰ ਹਰ ਇੱਕ ਇਨਸਾਨ ਨੂੰ ਮਿਲਣਗੇ। 2012 ਦੇ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਨੇ ਇੰਨਾ ਜ਼ਿਆਦਾ ਪੈਸਾ ਕਮਾਇਆ ਕਿ ਜਿਸ ਦੇ ਨਾਲ ਦੁਨੀਆ ਦੀ ਗਰੀਬੀ 4 ਵਾਰ ਖਤਮ ਕੀਤੀ ਜਾ ਸਕਦੀ ਸੀ। ਜੇਕਰ ਬਿਲ ਗੇਟਸ ਹਰ ਰੋਜ਼ 1 ਮਿਲੀਅਨ ਡਾਲਰ ਖਰਚ ਕਰਨ ਤਾਂ ਉਹਨਾਂ ਨੂੰ ਆਪਣਾ ਸਾਰਾ ਪੈਸਾ ਖਰਚ ਕਰਨ ਲਈ 273 ਸਾਲ ਲੱਗਣਗੇ। ਇੱਕ ਸਰਵੇ ਦੇ ਮੁਤਾਬਕ ਦੁਨੀਆ ਦੇ 70% ਕਰੋੜਪਤੀ ਆਪਣੇ ਆਪ ਨੂੰ ਅਮੀਰ ਮੰਨਦੇ ਹੀ ਨਹੀਂ। ਪੂਰੀ ਦੁਨੀਆ ਦੇ ਵਿੱਚ ਇਸ ਸਮੇਂ 170 ਤੋਂ ਜ਼ਿਆਦਾ ਕਰੰਸੀਆਂ ਵਰਤੀਆਂ ਜਾ ਰਹੀਆਂ ਨੇ। ਕੁਵੀਨ ਐਲਿਜ਼ਾਬੈਥ 2 ਨੂੰ ਕਿਸੇ ਹੋਰ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨੋਟਾਂ ਦੇ ਉੱਪਰ ਛਾਪਿਆ ਗਿਆ ਹੈ। ਉਸ ਦੀ ਫੋਟੋ ਹੁਣ ਤੱਕ 35 ਦੇਸ਼ਾਂ ਦੀ ਅਲੱਗ ਅਲੱਗ ਕਰੰਸੀ ਉੱਪਰ ਛਪ ਚੁੱਕੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸਿੱਕਿਆਂ ਦੀ ਸ਼ੁਰੂਆਤ 1700 BC ਦੇ ਵਿੱਚ ਲੀਡੀਆ 'ਚ ਹੋਈ ਸੀ, ਜਿਸ ਨੂੰ ਭਾਰਤ ਅਤੇ ਲੀਡੀਆ ਦੇ ਵਿੱਚ ਵਪਾਰ ਲਈ ਵਰਤਿਆ ਜਾਂਦਾ ਸੀ। ਪੇਪਰ ਮਨੀ ਨੂੰ ਪਹਿਲੀ ਵਾਰ ਚੀਨ ਦੇ ਤਾਂਗ ਰਾਜਕਾਲ ਦੇ ਵਿੱਚ 7ਵੀਂ ਸ਼ਤਾਬਦੀ ਦੇ ਵਿੱਚ ਵਰਤਿਆ ਗਿਆ, ਪਰ ਇਸ ਦੀ ਵਰਤੋਂ 11ਵੀਂ ਸਦੀ ਦੇ ਵਿੱਚ ਸਾਂਗ ਰਾਜਕਾਲ ਦੌਰਾਨ ਦਿਖਾਈ ਦਿੰਦੀ ਹੈ। ਬਾਲਟਨ ਪਰਿਵਾਰ ਦੇ ਇਕੱਲੇ 6 ਪਰਿਵਾਰਕ ਮੈਂਬਰਾਂ ਕੋਲ ਅਮਰੀਕਾ ਦੇ 30% ਗਰੀਬ ਲੋਕਾਂ ਨਾਲੋਂ ਜ਼ਿਆਦਾ ਪੈਸਾ ਹੈ। ਬਾਲਟਨ ਪਰਿਵਾਰ ਬਾਲਮਾਨ ਦੇ ਉੱਪਰ ਮਾਲਕਾਨਾ ਹੱਕ ਰੱਖਦਾ ਹੈ। ਇਹ ਪਰਿਵਾਰ ਅਮਰੀਕਾ ਦੇ ਨਾਲ ਨਾਲ ਦੁਨੀਆ ਦਾ ਸਭ ਤੋਂ ਅਮੀਰ ਪਰਿਵਾਰ ਹੈ। ਆਧੁਨਿਕ ਸਮੇਂ ਦੇ ਵਿੱਚ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ JD ਰੌਕਫੈਲਰ ਨੂੰ ਮੰਨਿਆ ਜਾਂਦਾ ਹੈ। 1916 ਦੇ ਵਿੱਚ ਉਹ ਦੁਨੀਆ ਦੇ ਪਹਿਲੇ ਅਰਬਪਤੀ ਸਨ। ਜੇਫਰ ਮਾਰਕ ਗੋਲਬਰਗ ਦੇ ਅਨੁਸਾਰ ਜੇਕਰ ਅਮਰੀਕਾ ਦੇ ਵਿੱਚ ਤੁਹਾਡੇ ਕੋਲ $10 ਨੇ ਅਤੇ ਤੁਹਾਡੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਤਾਂ ਤੁਸੀਂ ਅਮਰੀਕਾ ਦੇ 25% ਤੋਂ ਜ਼ਿਆਦਾ ਲੋਕਾਂ ਦੇ ਵਿੱਚੋਂ ਅਮੀਰ ਹੋ। ਇੰਟਰਨੈਸ਼ਨਲ ਸਪੇਸ ਸਟੇਸ਼ਨ ਇਨਸਾਨੀ ਇਤਿਹਾਸ ਦੇ ਵਿੱਚ ਬਣੀ ਅੱਜ ਤੱਕ ਦੀ ਸਭ ਤੋਂ ਮਹਿੰਗੀ ਚੀਜ਼ ਹੈ। ਇਸ ਦੀ ਲਾਗਤ $150 ਬਿਲੀਅਨ ਅਮਰੀਕਨ ਡਾਲਰ ਜਾਣੀ ਕਿ 1,50,000 ਕਰੋੜ ਅਮਰੀਕਨ ਡਾਲਰ ਆਈ ਸੀ। ਦੁਨੀਆ ਦੀਆਂ 20 ਸਭ ਤੋਂ ਅਮੀਰ ਔਰਤਾਂ ਦੇ ਕੋਲ ਕੁੱਲ ਮਿਲਾ ਕੇ $232 ਬਿਲੀਅਨ ਦੀ ਸੰਪੱਤੀ ਹੈ। ਇਹਨਾਂ ਦੇ ਪੈਸੇ ਦਾ ਜ਼ਿਆਦਾਤਰ ਹਿੱਸਾ ਇਹਨਾਂ ਨੂੰ ਵਿਰਾਸਤ ਦੇ ਵਿੱਚ ਜਾਂ ਤਾਂ ਆਪਣੇ ਪਿਤਾ ਜਾਂ ਪਤੀ ਤੋਂ ਮਿਲਿਆ ਹੈ, ਜਦਕਿ ਵੂ ਜਾਂ ਜੌਨ ਦੁਨੀਆ ਦੀ ਸਭ ਤੋਂ ਅਮੀਰ ਸੈਲਫ ਮੇਡ ਔਰਤ ਹੈ। ਮੈਕਡੋਨਲਡਸ ਹਰ ਰੋਜ਼ $75 ਮਿਲੀਅਨ ਕਮਾਉਂਦਾ ਹੈ। ਐਪਲ ਹਰ ਮਿੰਟ 3 ਲੱਖ ਅਮਰੀਕਨ ਡਾਲਰ ਕਮਾਉਂਦਾ ਹੈ। ਅਮਰੀਕਾ ਲੋਕਾਂ ਨੇ 2011 ਦੇ ਵਿੱਚ ਆਪਣੇ ਪਾਲਤੂ ਜੀਵਾਂ ਦੇ ਉੱਪਰ $61.4 ਬਿਲੀਅਨ ਖਰਚ ਕੀਤੇ। ਇਹ ਰਕਮ ਜਰਮਨੀ ਦੇ ਡਿਫੈਂਸ ਬਜਟ ਤੋਂ ਵੀ ਕਿਤੇ ਜ਼ਿਆਦਾ ਹੈ। ਡਰੱਗ ਮਾਫੀਆ ਪਾਬਲੋ ਐਸਕੋਬਾਰ ਦੇ ਕੋਲ ਇੰਨਾ ਜ਼ਿਆਦਾ ਪੈਸਾ ਸੀ ਕਿ ਹਰ ਸਾਲ ਚੂਹਿਆਂ ਦੀ ਖਾਣ ਦੀ ਵਜ੍ਹਾ ਦੇ ਨਾਲ ਉਸਦਾ $1 ਬਿਲੀਅਨ ਦਾ ਨੁਕਸਾਨ ਹੋ ਜਾਂਦਾ ਸੀ। ਚਾਹ ਪੱਤੀ ਦੇ ਜ਼ਿਆਦਾ ਰੇਟ ਦੇ ਕਾਰਨ ਏਸ਼ੀਆ ਦੇ ਕਈ ਹਿੱਸਿਆਂ 'ਚ ਚਾਹ ਦੀ ਇੱਟਾਂ ਦਾ ਪ੍ਰਯੋਗ ਪੈਸੇ ਦੀ ਤਰ੍ਹਾਂ ਹੁੰਦਾ ਸੀ। ਇਸ ਦੇ ਵਿੱਚ ਚੀਨ, ਤਿੱਬਤ, ਮੰਗੋਲੀਆ ਅਤੇ ਮੱਧ ਏਸ਼ੀਆ ਦੇ ਬਹੁਤ ਸਾਰੇ ਦੇਸ਼ ਸ਼ਾਮਲ ਸਨ। ਉੱਥੇ ਵਰਲਡ ਵਾਰ 2 ਤੋਂ ਪਹਿਲਾਂ ਸਵੇਰੀਆ ਦੇ ਵਿੱਚ ਚਾਹ ਦੀਆਂ ਇੱਟਾਂ ਨੂੰ ਪੈਸੇ ਦੇ ਤੌਰ 'ਤੇ ਵਰਤਿਆ ਜਾਂਦਾ ਸੀ, ਜਦਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਮੁੰਦਰੀ ਸ਼ਿਪੀਆਂ ਨੂੰ ਵੀ ਪੈਸੇ ਦੇ ਰੂਪ 'ਚ ਵਰਤਿਆ ਜਾਂਦਾ ਸੀ। ਵਰਲਡ ਬੈਂਕ ਦੇ ਅਨੁਸਾਰ ਹਰ ਸਾਲ $1.5 ਟ੍ਰਿਲੀਅਨ $ ਰਿਸ਼ਵਤ ਦੇ ਰੂਪ ਵਿੱਚ ਦਿੱਤੇ ਜਾਂਦੇ ਨੇ। 2015 ਦੇ ਵਿੱਚ ਇੱਕ ਚੀਨੀ ਅਰਬਪਤੀ ਨੇ ਆਪਣੇ ਕ੍ਰੈਡਿਟ ਕਾਰਡ ਤੋਂ $170 ਮਿਲੀਅਨ ਦੀ ਇੱਕ ਪੇਂਟਿੰਗ ਖਰੀਦੀ ਤਾਂ ਕਿ ਉਹ ਮੁਫਤ ਦੇ ਵਿੱਚ ਹਵਾਈ ਸੇਵਾ ਨੂੰ ਵਰਤ ਸਕੇ। ਵੈਸੇ ਤਾਂ 1920 ਦੇ ਵਿੱਚ ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਕ੍ਰੈਡਿਟ ਕਾਰਡ ਨੂੰ ਵਰਤਿਆ ਗਿਆ ਸੀ, ਪਰ ਮੌਜੂਦਾ ਸਮੇਂ ਦੇ ਵਿੱਚ ਇਸ ਨੂੰ ਸਭ ਤੋਂ ਜ਼ਿਆਦਾ ਆਈਸਲੈਂਡ ਦੇ ਲੋਕ ਵਰਤਦੇ ਨੇ। ਇੱਥੋਂ ਦੇ ਲੋਕ ਕੈਸ਼ ਲੈ ਕੇ ਘੁੰਮਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ, ਉਹ ਛੋਟੀ ਤੋਂ ਛੋਟੀ ਚੀਜ਼ ਖਰੀਦਣ ਲਈ ਵੀ ਕ੍ਰੈਡਿਟ ਕਾਰਡ ਨੂੰ ਵਰਤਦੇ ਨੇ। 2009 ਦੇ ਵਿੱਚ ਅਮਰੀਕਾ ਦੇ ਵਿੱਚ ਹਰ 4 ਦੇ ਵਿੱਚੋਂ ਇੱਕ ਇਨਸਾਨ ਜਾਂ ਤਾਂ ਕਰਜ਼ਈ ਸੀ ਜਾਂ ਉਸਦੇ ਕੋਲ ਕੋਈ ਵੀ ਸੰਪੱਤੀ ਨਹੀਂ ਸੀ।
ਤੁਸੀਂ ਇਹ ਅਕਸਰ ਹੀ ਦੇਖਿਆ ਹੋਵੇਗਾ ਕਿ ਜਦੋਂ ਕਿਸੇ ਨੂੰ ਹਸਪਤਾਲ ਦੇ ਵਿੱਚ ਖੂਨ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਖੂਨ ਮਿਲਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ, ਜਦਕਿ ਆਪਾਂ ਦੇਖਦੇ ਹਾਂ ਕਿ ਰੋਜ਼ਾਨਾ ਲੱਖਾਂ ਲੋਕ ਖੂਨਦਾਨ ਕਰਦੇ ਨੇ। ਦਰਅਸਲ ਲੋਕਾਂ ਵੱਲੋਂ ਦਾਨ ਕੀਤੇ ਗਏ ਖੂਨ ਨੂੰ ਖੁੱਲ੍ਹੇ ਬਾਜ਼ਾਰ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਵੇਚਿਆ ਜਾਂਦਾ ਹੈ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇਵੇਂ ਲਗਾ ਸਕਦੇ ਹੋ ਕਿ ਇਹ ਬਾਜ਼ਾਰ ਸਾਲ 2025 ਤੱਕ $78.5 ਬਿਲੀਅਨ ਤੱਕ ਦਾ ਹੋ ਜਾਵੇਗਾ। ਜ਼ਿਆਦਾਤਰ ਆਦਮੀ ਪੈਸੇ ਦੇ ਨਾਲ ਜੁੜੇ ਸੁਪਨੇ ਦੇਖਦੇ ਨੇ। ਸਾਲ 2011 ਦੇ ਵਿੱਚ ਅਮੈਰੀਕਨ ਲੋਕਾਂ ਨੇ $13.8 ਬਿਲੀਅਨ ਕੇਵਲ ਜੀਨ ਖਰੀਦਣ ਉੱਪਰ ਖਰਚ ਕਰ ਦਿੱਤੇ। ਅਮੈਰੀਕਨ ਲੋਕ ਕਿਸੇ ਹੋਰ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਜੀਨਸ ਪਾਉਂਦੇ ਨੇ। ਇੱਕ ਅਧਿਐਨ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਪੈਸੇ ਬਾਰੇ ਜ਼ਿਆਦਾ ਸੋਚਣ ਵਾਲੇ ਲੋਕ ਬਹੁਤ ਜ਼ਿਆਦਾ ਹੌਸਲੇ ਵਿੱਚ ਅਤੇ ਬਹੁਤ ਜ਼ਿਆਦਾ ਫੋਕਸ ਹੁੰਦੇ ਨੇ, ਪਰ ਇਸ ਦੌਰਾਨ ਇਹ ਲੋਕ ਦੂਜੇ ਲੋਕਾਂ ਦੀਆਂ ਭਾਵਨਾਵਾਂ ਅਤੇ ਉਹਨਾਂ ਦੀਆਂ ਲੋੜਾਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਨਹੀਂ ਰਹਿੰਦੇ। 2005 ਦੇ ਵਿੱਚ ਮਨੋਵਿਗਿਆਨਿਕ ਕੀਟ ਚੈਨ ਅਤੇ ਇੱਕ ਅਰਥਸ਼ਾਸਤਰੀ ਐਡਮ ਸਮਿਥ ਨੇ ਬਾਂਦਰਾਂ ਦੇ ਇੱਕ ਗਰੁੱਪ ਨੂੰ ਪੈਸੇ ਦਾ ਲੈਣ ਦੇਣ ਸਿਖਾਇਆ, ਪਰ ਕੁਝ ਸਮੇਂ ਬਾਅਦ ਹੀ ਬਾਂਦਰ ਇਸ ਪੈਸੇ ਦੀ ਵਰਤੋਂ ਪ੍ਰੋਸਟੀਟਿਊਸ਼ਨ ਦੇ ਲਈ ਕਰਨ ਲੱਗੇ। ਦੋ ਅਰਥਸ਼ਾਸਤਰੀਆਂ ਨੇ 2011 ਅਤੇ 1427 ਦੇ ਟੈਕਸਪੇਅਰ ਦੇ ਡਾਟੇ ਦੇ ਆਧਾਰ 'ਤੇ ਪਤਾ ਲਗਾਇਆ ਕਿ ਇਟਲੀ ਦੇ ਸ਼ਹਿਰ ਫਰੋਨਿਸ 'ਚ ਅੱਜ ਜਿਹੜੇ ਲੋਕ ਸਭ ਤੋਂ ਅਮੀਰ ਨੇ ਉਹ ਉਹੀ ਲੋਕਾਂ ਦੇ ਵੰਸ਼ਜ ਨੇ ਜਿਹੜੇ ਅੱਜ ਤੋਂ 600 ਸਾਲ ਪਹਿਲਾਂ ਇੱਥੋਂ ਦੇ ਸਭ ਤੋਂ ਅਮੀਰ ਲੋਕ ਸਨ। ਜੂਏ ਅੱਛਾ ਜੀ, ਵੀਡੀਓ ਹੋ ਗਈ ਇਹ ਕੰਪਲੀਟ। ਵੀਡੀਓ ਬਹੁਤ ਹੀ ਇੰਟਰਸਟਿੰਗ ਸੀ, ਕਮ ਅਜ਼ ਕਮ ਫੈਕਟ ਅਬਾਊਟ ਮਨੀ ਦੇ ਵਿੱਚ ਮੈਨੂੰ ਇੰਨਾ ਕੁਛ ਨਹੀਂ ਪਤਾ ਸੀ ਜਿੰਨਾ ਕੁਛ ਵੀਡੀਓ ਬਣਾਉਣ ਵਾਲਿਆਂ ਨੇ ਵਿੱਚ ਦੱਸਿਆ। ਇਹਦੇ ਸਪੈਸ਼ਲੀ ਇੱਕ ਬੰਦੇ ਨੇ 170 ਕਰੋੜ ਦੇ ਕਰੀਬ ਜਿਹੜਾ ਇੱਕ ਪੇਂਟਿੰਗ ਖਰੀਦੀ। ਉਸ ਪੇਂਟਿੰਗ ਦਾ ਮਕਸਦ ਕੀ ਸੀਗਾ ਕਿ ਉਸ ਪੇਂਟਿੰਗ ਖਰੀਦਣ ਵਾਲੇ ਨੂੰ ਜਿਹੜਾ ਨਾ ਇੱਕ ਹਵਾਈ ਸਫ਼ਰ ਫ੍ਰੀ ਲੱਭਣਾ ਸੀਗਾ। ਉਹਨੂੰ ਬੰਦਾ ਪੁੱਛੇ, ਇੰਨਾ ਤਾਂ ਮੇਰਾ ਖਿਆਲ ਉਸ ਟਾਈਮ ਜਹਾਜ਼ ਆ ਜਾਣਾ ਸੀਗਾ ਜਿਹਨੇ ਦੀ ਉਹਨੇ ਸਿਰਫ ਟਿਕਟ ਫ੍ਰੀ ਟਿਕਟ ਵਾਸਤੇ ਇੰਨੀ ਮਹਿੰਗੀ ਪੇਂਟਿੰਗ ਖਰੀਦਣੀ। ਮਗਰ ਇਹ ਸਾਰੇ ਜਿਹੜੇ ਸ਼ੌਕ ਆ ਇਹ ਅਰਬਪਤੀਆਂ ਦੇ ਹੀ ਆ, ਹੋਰ ਕੁਛ ਵੀ ਨਹੀਂ। ਅਤੇ ਇੱਕ ਚੀਜ਼ ਹੋਰ ਵੀ ਆ ਕਿ ਇੱਕ ਸਰਵੇ ਹੋਇਆ ਸੀਗਾ ਕਿ ਅਗਰ ਵੀਡੀਓ ਤੋਂ ਹਟ ਕੇ ਅਗਰ ਸਰਵੇ ਹੋਇਆ ਸੀ, ਅਗਰ ਸਾਰੇ ਜਿਹੜੇ ਅਰਬਪਤੀ ਆ ਦੁਨੀਆ ਦੇ ਇਹਨਾਂ ਦੀ ਦੌਲਤ ਇਕੱਠੀ ਕਰ ਲਈ ਜਾਵੇ ਅਤੇ ਸਾਰੀ ਦੁਨੀਆ ਤਕਸੀਮ ਕਰ ਦਿੱਤੀ ਜਾਵੇ ਇਕੁਅਲ ਉਹਨਾਂ ਕੋਲੋਂ ਲੈ ਕੇ, ਅਤੇ ਸਿਰਫ 5 ਸਾਲ ਦੇ ਵਿੱਚ ਉਹ ਸਾਰੀ ਦੌਲਤ ਦੁਬਾਰਾ ਉਹਨਾਂ ਬੰਦਿਆਂ ਕੋਲ ਹੀ ਚੱਲ ਜਾਣੀ ਆ ਜਿਹਦੇ ਕੋਲ ਲਈ ਸੀ। ਇੱਦਾਂ ਦਾ ਨਿਜ਼ਾਮ ਆ ਦੁਨੀਆ ਦਾ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਆ, ਲਾਈਕ ਸ਼ੇਅਰ ਅਤੇ ਕਮੈਂਟ ਕਰੋ। ਅੱਲਾ ਹਾਫਿਜ਼।